ਹੋਣਗੇ ਸਵਾਲ ਪਿਛਲੇ 6 ਮਹੀਨੇ ਦੇ ਕਰੰਟ ਅਫੇਅਰ ਤਾਂ ਜੁੜਨਾ ਨਾ ਭੁੱਲਿਓ ਮੇਰੇ ਨਾਲ ਰੋਜ਼ ਸਵੇਰੇ 10 ਵਜੇ ਪੰਜਾਬ ਅੱਡਾ 24/7। ਕ੍ਰਿਕਟ ਦਾ ਸੀਜ਼ਨ ਆ ਚੁੱਕਾ ਹੈ ਤੇ ਪੇਪਰਾਂ ਦਾ ਸੀਜ਼ਨ ਵੀ ਬਹੁਤ ਹੀ ਛੇਤੀ ਆਉਣ ਵਾਲਾ ਹੈ। ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਕ੍ਰਿਕਟ ਤੇ ਕਰੰਟ ਅਫੇਅਰ ਦੀ ਇੱਕ ਵੱਖਰੀ ਜੁਗਲਬੰਦੀ ਜਿਹਦੇ ਵਿੱਚ ਹੋਣਗੇ ਸਵਾਲ ਪਿਛਲੇ 6 ਮਹੀਨੇ ਦੇ ਕਰੰਟ ਅਫੇਅਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਰੀ ਗੁੱਡ ਆਫਟਰਨੂਨ ਟੂ ਆਲ ਆਫ ਯੂ। ਫਟਾਫਟ ਆ ਜਾਓ ਆਪਣਾ ਕਾਪੀ ਪੈਨ ਲੈ ਕੇ, ਆਪਾਂ ਕਲਾਸ ਸਟਾਰਟ ਕਰੀਏ। ਨਾਲ ਸ਼ੇਅਰ ਕਰ ਦਿਓ ਇਹਨੂੰ ਕਲਾਸ ਨੂੰ। ਸਤਿ ਸ਼੍ਰੀ ਅਕਾਲ ਉਦੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਉਕਸਾ। ਚਲੋ ਟਾਈਮ ਵੇਸਟ ਨਾ ਕਰਦੇ, ਆਪਾਂ ਸਟਾਰਟ ਕਰਦੇ। ਫਸਟ ਕੁਸ਼ਚਨ, ਵਿਚ ਆਫ ਦਾ ਫੋਲੋਇੰਗ। ਸਤਿ ਸ਼੍ਰੀ ਅਕਾਲ ਸਿਮਰ, ਸਤਿ ਸ਼੍ਰੀ ਅਕਾਲ ਕੁਲਵਿੰਦਰ, ਵੈਰੀ ਗੁੱਡ ਆਫਟਰਨੂਨ ਕੁਲਵਿੰਦਰ, ਗੁੱਡ ਆਫਟਰਨੂਨ ਗੁਰਚਰਨ। ਵਿਚ ਆਫ ਦਾ ਫੋਲੋਇੰਗ ਇੰਟਰਨੈਸ਼ਨਲ ਸਾਇੰਟੀਫਿਕ ਔਰਗਨਾਈਜੇਸ਼ਨ ਅਪਰੂਵਸ ਦਾ ਨੇਮ ਆਫ ਐਲੀਮੈਂਟ, ਸਿੰਬਲ ਐਂਡ ਯੂਨਿਟਸ। ਕਹਿੰਦੇ ਇਹਨਾਂ ਵਿੱਚੋਂ ਕਿਹੜੀ ਸਾਇੰਟੀਫਿਕ ਔਰਗਨਾਈਜੇਸ਼ਨ ਹੈ ਜਿਹੜਾ ਐਲੀਮੈਂਟ ਦਾ ਨੇਮ, ਸਿੰਬਲ ਅਤੇ ਯੂਨਿਟ ਨੂੰ ਅਪਰੂਵ ਕਰਦੀ ਹੈ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆਪਸ਼ਨ ਨੰਬਰ 1, ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਔਰਗਨਾਈਜੇਸ਼ਨ। ਆਪਸ਼ਨ 2, ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ। ਆਪਸ਼ਨ 3, ਇੰਟਰਨੈਸ਼ਨਲ ਸਾਇੰਸ ਕਾਊਂਸਿਲ। ਐਂਡ ਆਪਸ਼ਨ 4, ਇੰਟਰਨੈਸ਼ਨਲ ਯੂਨੀਅਨ ਆਫ ਗਿਡੋਸੀ ਐਂਡ ਜੀਓਫਿਜ਼ਿਕਸ। ਪ੍ਰਣਾਮ ਹਿਮਾਂਸ਼ੂ, ਆਈ ਐਮ ਗੁੱਡ, ਹਾਵ ਆਰ ਯੂ? ਬਿਲਕੁਲ ਕੁਲਵਿੰਦਰ, ਬਿਲਕੁਲ ਸਹੀ ਗੱਲ ਹੈਗੀ। ਜੋਤੀ, ਹਰ ਹਰ ਮਹਾਦੇਵ, ਸਤਿ ਸ਼੍ਰੀ ਅਕਾਲ। ਦੇਖੋ ਸਿੰਬਲਸ ਔਰ ਐਲੀਮੈਂਟ ਦੇ ਨਾਮ ਨੂੰ ਅਪਰੂਵ ਕਰਨਾ ਅਤੇ ਉਹਦੀ ਯੂਨਿਟ ਜਿਹੜੀ ਹੋ ਗਈ ਹੈ ਐਲੀਮੈਂਟ ਸੀ, ਕੈਮਿਸਟਰੀ। ਵੈਰੀ ਗੁੱਡ ਉਦੇ, ਆ ਨਾਮ ਤੋਂ ਡਿਫਾਈਨ ਹੋ ਰਿਹਾ, ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ। ਕੁਲਵੀਰ, ਨੋਟ ਏ, ਬੀ ਆਂਸਰ ਹੈਗਾ। IUPAC, IUPAC, ਵੈਰੀ ਗੁੱਡ ਦੀਕਸ਼ਾ। ਨੈਕਸਟ, ਬਾਅਦ 'ਚ ਗੱਲ ਕਰ ਲਿਓ ਈਅਰਿੰਗਸ ਦੀ, ਪਹਿਲਾਂ ਕਲਾਸ ਲਾ ਲਈਏ। ਆਹ ਥੋੜ੍ਹੇ ਸਾਇੰਟੀਫਿਕ ਨੇਮ ਦੇ ਕਲਾਸ ਕੁਸ਼ਚਨਸ ਹੈਗੇ ਨੇ। ਬੋਸ ਮੋਟਰਸ ਇਜ਼ ਦਾ ਸਾਇੰਟੀਫਿਕ ਨੇਮ ਆਫ। ਯਾਕ ਦਾ ਨਾਮ ਹੈਗਾ, ਘੋੜੇ ਦਾ ਨਾਮ ਹੈਗਾ, ਓਕਸ ਦਾ ਨਾਮ ਹੈਗਾ, ਜਾਂ ਮੱਝ ਦਾ ਨਾਮ ਹੈਗਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਆਫਟਰਨੂਨ ਪ੍ਰਿਯੰਕਾ। ਵਾਈਲਡ ਯਾਕ ਦਾ ਨਾਮ ਹੈਗਾ, ਮਨਦੀਪ, ਬਫੈਲੋ ਨਹੀਂ ਹੈਗਾ, ਯਾਕ। ਵੈਰੀ ਗੁੱਡ ਹਿਮਾਂਸ਼ੂ, ਅੱਛਾ। ਗੁੱਡ ਆਫਟਰਨੂਨ ਰਾਜਵਿੰਦਰ, ਵੈਰੀ ਗੁੱਡ ਆਫਟਰਨੂਨ। ਇਹਦੇ ਨਾਲ ਨਾਲ ਓਕਸ ਦਾ ਨਾਮ ਵੀ ਯਾਦ ਕਰ ਲਓ, ਬੋਸ ਟੋਰਸ। ਘੋੜੇ ਦਾ ਨਾਮ ਕਿਆ ਹੈ? ਇਕਸ, ਕਬੈਲਸ। ਥੋੜ੍ਹੇ ਔਖੇ ਜਿਹੇ ਲੱਗੂਗੇ, ਪਰ ਕਿਸੇ ਤਰ੍ਹਾਂ ਆਪਾਂ ਬਸ ਦਿਮਾਗ 'ਚ ਬਿਠਾ ਲੈਣਾ। ਫੋਟੋਗ੍ਰਾਫੀ ਇਮੇਜ ਹੁੰਦੀ ਨਾ ਜਿਵੇਂ। ਬਫੈਲੋ ਦਾ ਨਾਮ ਬੜਾ ਇੰਟਰਸਟਿੰਗ ਹੈ, ਬਬਲਸ।
ਬਬਲਸ ਤੇ ਬਬਲੀਸ ਕਾਫੀ ਕਿਊਟ ਦਾ ਨਾਮ ਵੀ ਲੱਗ ਰਿਹਾ ਬਸ ਇੱਕ ਬਬਲਸ ਹੈ ਤੇ ਇੱਕ ਬਬਲੀਸ ਹੈਗਾ ਸਾਇੰਟਿਫਿਕ ਨੇ ਨੈਕਸਟ ਕੁਐਸਚਨ ਵਟ ਇਜ਼ ਦਾ ਸਾਇੰਟਿਫਿਕ ਨੇਮ ਆਫ ਵਿਟਾਮਿਨ ਸੀ ਈਜ਼ੀ ਕੁਐਸਚਨ ਸਾਇੰਟੀਫਿਕ ਨੇਮ ਆਪਾਂ ਇਵੇਂ ਰੱਖਦੇ ਹਾਂ ਵੀ ਹੁਣ ਆਪਣਾ ਕਿਆ ਕਹਿੰਦੇ ਹੋ ਸਕਦਾ ਸਪੀਸ਼ੀਜ਼ ਨੂੰ ਨਾ ਜਿਵੇਂ ਜਾਣਨ ਲਈ ਇਹ ਯੂਨੀਵਰਸਲ ਨੇਮ ਰੱਖ ਦਿੰਦੇ ਆ ਜਿੰਨੇ ਵੀ ਸਾਇੰਟਿਸਟ ਹੁੰਦੇ ਆ ਉਹ ਸਾਰੇ ਸਾਇੰਟੀਫਿਕ ਨੇਮ ਨਾਲ ਹੀ ਜਾਣਦੇ ਆ ਵੈਰੀ ਗੁੱਡ ਤਾਨਿਆ ਐਸਕੋਰਬਿਕ ਐਸਿਡ ਕੈਲਸੀਫੈਰਲ ਕੈਲਸੀਫੈਰਲ ਤੋਂ ਯਾਦ ਆ ਰਿਹਾ ਕੁਛ ਕੈਲਸ਼ੀਅਮ ਵਿਟਾਮਿਨ ਡੀ ਵੈਰੀ ਗੁੱਡ ਦੀਕਸ਼ਾ ਵੈਰੀ ਗੁੱਡ ਗੁਰਚਰਨ ਰੈਟੀਨੋਲ ਵਿਟਾਮਿਨ ਏ ਫੋਲਿਕ ਐਸਿਡ ਸਤਿ ਸ਼੍ਰੀ ਅਕਾਲ ਜਸਪ੍ਰੀਤ ਵਿਟਾਮਿਨ ਬੀ ਨਾਈਨ ਹਿਮਾਂਸ਼ੂ ਵਧੀਆ ਗੱਲ ਹੈ ਨਾ ਫਿਰ ਘੱਟੋ ਘੱਟ ਜੋਤੀ ਦਾ ਜੋਤੀ ਨੂੰ ਯਾਦ ਰਹਿ ਜੂੰਗੇ ਐਵੇਂ ਆਪਣੇ ਦਿਮਾਗ 'ਚ ਹਰ ਇੱਕ ਨੂੰ ਬਣਾਉਣੇ ਚਾਹੀਦੇ ਬੀ ਵਨ ਦਾ ਕਿਆ ਹੈ ਥਾਇਮੀਨ ਨਾਲੇ ਬੀ ਟੂ ਦਾ ਰਾਈਬੋਫਲੈਵਿਨ ਸਤਿ ਸ਼੍ਰੀ ਅਕਾਲ ਚੰਦਰ ਸਤਿ ਸ਼੍ਰੀ ਅਕਾਲ ਗੈਜ਼ਿਲਾ ਬੈਨੇਟੀ ਇਜ਼ ਦਾ ਸਾਇੰਟਿਫਿਕ ਨੇਮ ਆਫ ਲਾਇਨ ਦਾ ਯਾਦ ਹੋਣਾ ਸਭ ਨੂੰ ਪੈਂਥਰਾ ਲੀਓ ਬਿਲਕੁਲ ਬਿਲਕੁਲ ਵੈਰੀ ਗੁੱਡ ਆਫਟਰਨੂਨ ਕਿਰਨ ਐਲੀਫੈਂਟ ਦਾ ਐਲੀਫੈਸ ਮੈਕਸੀਮਸ ਵੈਰੀ ਗੁੱਡ ਉਦੇ ਚਿਨਕਾਰਾ ਦਾ ਨਾਮ ਹੈਗਾ ਗੈਜ਼ਿਲਾ ਬੈਨੇਟੀ ਵਟ ਇਜ਼ ਦਾ ਸਾਇੰਟੀਫਿਕ ਨੇਮ ਆਫ ਪੀਕੋਕ ਮੋਰ ਦਾ ਕੀ ਨਾਮ ਹੁੰਦਾ ਸਾਇੰਟੀਫਿਕ ਨੇਮ ਰਾਜਵਿੰਦਰ ਪ੍ਰਿਡਿਕਟ ਨਹੀਂ ਕਰ ਸਕਦੇ ਆਪਾਂ ਅਗਰ ਮੈਂ ਸੈੱਟ ਕਰਿਆ ਹੁੰਦਾ ਮੈਂ ਤਾਂ ਦੱਸ ਦਿੰਦਾ ਤਾਨੇ ਚਿਨਕਾਰਾ ਹਿਰਨ ਵਰਗਾ ਹੁੰਦਾ ਹੈ ਰਾਜਸਥਾਨ 'ਚ ਦੇਖੋ ਮਿਲਦੀ ਹੈ ਸਪੀਸ਼ੀਜ਼ ਨਾ ਜ਼ਿਆਦਾਤਰ ਹਿਰਨ ਵਰਗਾ ਵਿਖਦਾ ਚਿਨਕਾਰਾ ਵੈਰੀ ਗੁੱਡ ਜਸਪ੍ਰੀਤ ਵੈਰੀ ਗੁੱਡ ਅਰਸ਼ ਪਾਵੋ ਮੋਰ ਦਾ ਨਾਮ ਪਾਵੋ
मैग्नीफेरा इंडिका, ये भी ईजी क्वेश्चन है, काफ़ी बार आंदा एग्जाम च, काफ़ी नोन भी हैगा। वेरी गुड आफ्टरनून कोमल, सत श्रीकाल बलजीत, हाँ उदय बिल्कुल सही। मैग्नीफेरा इंडिका केड़े पौधे का नाम हैगा साइंटिफिक? गुड आफ्टरनून खुशवंत, वेरी गुड आफ्टरनून, वेरी गुड अंबदा, वेरी गुड खुशवंत, वेरी गुड तान्या, वेरी गुड ज्योति, उदय, किरण, सिमर, आलू का की है सोलनम, आलू दा, सो आलू दा, सोलनम टू बैरोसम, पैलेंटोलॉजी इज द स्टडी ऑफ बोन्स, प्राइमेट, फॉसिल्स या बर्ड्स? वेरी गुड उदय, वेरी गुड तान्या, फॉसिल की स्टडी ना पैलेंटोलॉजी कहने आप, वेरी गुड प्रियंका, बर्ड्स की स्टडी ना की कहने और ऑर्निथोलॉजी, बोटैनिकल नेम ऑफ ओपियम, ओपियम का नाम की है साइंटिफिक नेम? ओपीएम द साइंटिफिक नेम, वेरी गुड ज्योति पापा। थानू पता है इंडिया जेड़ा हैगा लार्जेस्ट मैन्युफैक्चर हैगा लीगली ओपीएम प्रोड्यूस करने वास्ते, मेडिसिनल पर्पस लिए यूज होनी है, लीगली नू आपां उगा सकते हैं। द वर्ल्ड मोस्ट प्रॉब्लमैटिक एक्वाटिक वीड आल्सो नोन एज टेरर ऑफ बंगाल किनू कहते हैं? दसो टेरर ऑफ बंगाल किनू कहते हैं? इन्होंने ये हैगी फ्लावर बियरिंग श्रब, चाड़, वेरी गुड जैस्मिन, वेरी गुड किरण, वेरी गुड दीक्षा, वेरी गुड अर्शप्रीत, वेरी गुड चंदर, क्रास, ज्योति कांग्रेस ग्रास नहीं हैगी, टेरर ऑफ बंगाल एक ना क्रास हैगी। रॉबर्ट हुक डिस्कवर्ड सेल्स इन 1665, ये तो सानू सबनों पता है, पर
What was the specimen that he used to observe cell? Phylum, cock, RBC या platelets? ज्योति प्लेटलेट्स कितने थे? कॉर्क्स. तान्या नॉट प्लेटलेट्स, कॉक. वेरी गुड बलजीत, वेरी गुड हिमांशु, वेरी गुड अर्शप्रीत. रुक्सा आरबीसी नहीं सी. वेरी गुड गुरचरण, वेरी गुड ज्योत. याद रख लो, ये तो सबनों पता होना है, पर स्पेसिमन केड़ा सी? कॉक सी. थोड़े फिजिक्स क्वेश्चन. Practically, the work output of a machine is dash the work input due to effect of friction. कहते जो टोटल वर्क हो गया कोई मशीन का, वह की होगा जोड़ा वर्क फ्रिक्शन अपना फ्रिक्शन की वजह से अपना इनपुट लाइनी है. Practically, the work output of a machine is dash the work input due to the effect of friction. फ्रिक्शन के कारण जोड़ा इनपुट हों आउटपुट के कंपेरिजन से की होंगे? हमेशा ज़्यादा होंगे, अपोजिट होंगे, हमेशा छोटा रहूँगा या हमेशा जीरो रहूँगा? सिमर थोड़ा सोच के बच्चे. ऑलवेज लेसन फ्रिक्शन क्या हैगी? अपोजिंग फोर्स हैगी. आप जिन्ना भी वर्क अपना मशीन करूँगी वो इनपुट के कंपेरिजन में हमेशा घट रहूँगा क्योंकि फ्रिक्शन लग रही ना, अपोजिंग फोर्स हैगी है. वेरी गुड बलजीत, वेरी गुड दीक्षा, वेरी गुड किरण, वेरी गुड अर्श, वेरी गुड रुखसार. नेक्स्ट क्वेश्चन. हाउ मच वर्क इज डन इन मूविंग अ चार्ज ऑफ 5 कोलम अक्रॉस 2 पॉइंट हैविंग अ पोटेंशियल डिफरेंस ऑफ 16 वोल्ट? वेरी गुड अर्श. सत श्रीकाल शुभम, सत श्रीकाल. इलेक्ट्रिक पोटेंशियल का फॉर्मूला क्या आएगा? इलेक्ट्रिक पोटेंशियल इज इक्वल टू वर्क डन अपॉन वर्क डन इन मूविंग अ चार्ज फ्रॉम वन पॉइंट टू अनदर. बस ईवी सानू इलेक्ट्रिक पोटेंशियल गिवन है कितना? 16 वोल्ट हैगा. वर्क असी कढ़ना हैगा. चार्ज कितना है? 5, 80 जूल. 40 नहीं आऊंगा, पठानिया 40 किवें आऊंगा? वेरी गुड शुभम, वेरी गुड हिमांशु. वर्क इज बेस्ट डिफाइंड एज ऑप्शन 1 वर्क हैज ओनली डायरेक्शन नो मैग्नीट्यूड. वर्क हैज मैग्नीट्यूड एंड डायरेक्शन. या तीजा ऑप्शन वर्क हैज नो मैग्नीट्यूड एंड नो डायरेक्शन. या फोर्थ ऑप्शन वर्क हैज ओनली मैग्नीट्यूड बट नो डायरेक्शन. ध्यान ना पढ़ो. कहते डायरेक्शन होंगी है वैल्यू नहीं होंगी है, वैल्यू होंगी है डायरेक्शन भी होनी है. वैल्यू होंगी है ना वैल्यू होंगी ना डायरेक्शन होंगी है. चौथा कहते वैल्यू होंगी है पर डायरेक्शन नहीं होनी है. शुभम सोच के, सिमर सोच के, पहले ये दसो वर्क स्केलर हैगी वैक्टर हैगी? वर्क इज अ स्केलर क्वांटिटी और अ वैक्टर क्वांटिटी? वेरी गुड उदय, पहले दसो वर्क स्केलर है या वैक्टर है? शुभम वो तो ठीक है, वर्क स्केलर है वैक्टर हैगी है? वेरी गुड ज्योति, स्केलर क्वांटिटी. बाकी दसो ज्योति स्केलर. जिन्हें जिन्होंने पता सी उनका आंसर सही है. बलजीत स्केलर,
ਉਹਦੇ ਪੜ੍ਹ ਲਿਆ ਮੈਂ ਤੇਰਾ। ਗੁਰਪ੍ਰੀਤ ਵੈਕਟਰ ਕਿਵੇਂ ਹੈ, ਵਰਕ ਸਕੇਲਰ, ਅਰਸ਼ ਸਕੇਲਰ ਹੁੰਦੀ, ਸਿਮਰ ਸਕੇਲਰ ਹੁੰਦੀ ਹੈ, ਤਾਂ ਸਕੇਲਰ ਦੀ ਆਪਣੀ ਕਿਹੜਾ ਪ੍ਰੋਪਰਟੀ ਕਿਆ ਹੁੰਦੀ ਹੈ, ਮੈਗਨੀਟਿਊਡ ਹੁੰਦਾ, ਡਾਇਰੈਕਸ਼ਨ ਨਹੀਂ ਹੁੰਦੀ। ਜਦ ਵਰਕ ਸਕੇਲਰ ਹੋ ਗਿਆ ਫਿਰ ਆਪਸ਼ਨ ਏ ਔਰ ਬੀ ਕਿਵੇਂ ਹੋ ਸਕਦਾ ਹੈ, ਚੰਦਰ ਵੈਕਟਰ ਕਿਵੇਂ ਹੋ ਸਕਦੀ ਹੈ, ਵਰਕ ਸਕੇਲਰ ਕੁਆਂਟਿਟੀ ਹੈਗੀ, ਵਰਕ 'ਚ ਹਮੇਸ਼ਾ ਮੈਗਨੀਟਿਊਡ ਹੁੰਦਾ ਪਰ ਡਾਇਰੈਕਸ਼ਨ ਨਹੀਂ ਹੁੰਦੀ ਹੈ। ਨੋ ਡਾਇਰੈਕਸ਼ਨ, ਨੋ ਨੋਟ ਮੈਗਨੀਟਿਊਡ। ਅਰਸ਼ ਵਰਕ ਤਾਂ ਆਪਾਂ ਕੈਲਕੂਲੇਟ ਕਰ ਸਕਦੇ ਨਾ, ਮੈਗਨੀਟਿਊਡ ਤਾਂ ਆ ਹੀ ਜਾਊਂਗਾ। ਕਿਸੇ ਨੇ ਫਾਰਮੂਲਾ ਦੱਸਿਆ ਸੀ, ਇੱਧਰ ਦੇਖੋ, ਅ ਡੋਟ ਪ੍ਰੋਡਕਟ ਆਫ ਟੂ ਵੈਕਟਰਸ ਹੈ, ਡੋਟ ਪ੍ਰੋਡਕਟ ਆਫ ਟੂ ਵੈਕਟਰ ਇਜ਼ ਆਲਵੇਜ਼ ਸਕੇਲਰ। ਇਹਨੂੰ ਆਪਾਂ ਐਵੇਂ ਵੀ ਲਿਖ ਸਕਦੇ ਹਾਂ, ਐਫ ਐਸ ਕੋਸ ਥੀਟਾ। ਇੱਕ ਤੁਹਾਡੇ ਲਈ ਨਿਊਜ਼ ਹੈਗੀ, ਜਿਹੜਾ ਨੈਬ ਤਹਿਸੀਲਦਾਰ ਰਿਵੀਜ਼ਨ ਬੈਚ ਹੈਗਾ, ਜਿਹੜਾ ਤੁਸੀਂ ਕਹਿ ਰਹੇ ਸੀ ਬਈ ਜਿਹੜੇ ਬੱਚੇ ਨੇ ਲਿਆ ਹੋਇਆ ਬਈ ਸਰ ਕਦੋਂ ਕਲਾਸ ਸਟਾਰਟ ਹੋਣੀ, ਕਦੋਂ ਸਟਾਰਟ ਹੋਣੀ ਹੈ, 15 ਤੋਂ ਆਪਣਾ ਰਿਵੀਜ਼ਨ ਬੈਚ ਸਟਾਰਟ ਹੋ ਰਿਹਾ, ਆਹ ਵਾਲੀ 15 ਤੋਂ, ਅੱਜ ਕੇ ਦਿਨ 13 ਤਰੀਕ ਹੋ ਗਈ ਨਾ, ਪਰਸੋਂ ਤੋਂ ਹੀ, ਅਤੇ ਕਦੋਂ ਤੋਂ ਆਪਾਂ ਤੁਸੀਂ ਵਿਹਲੇ, ਤੁਹਾਨੂੰ ਵਿਹਲੇ ਕਰ ਦੇਣਾ 20 ਤਰੀਕ ਤੋਂ, ਲਗਭਗ ਮਹੀਨੇ ਦੀ ਕਲਾਸ ਹੈਗੀ। ਅੱਛਾ ਡੋਟ ਪ੍ਰੋਡਕਟ, ਹਾਂ ਕ੍ਰੋਸ ਪ੍ਰੋਡਕਟ, ਬਿਲਕੁਲ ਸਹੀ, ਠੀਕ ਹੈ। ਉਹਦੇ ਬਾਅਦ 21 ਨੂੰ ਆਪਣਾ ਰੈਸਟ ਕਰਿਓ, 22 ਤਰੀਕ ਨੂੰ ਜਾ ਕੇ ਪੇਪਰ ਦੇ ਦਿਓ। ਅਤੇ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਹਾਲੇ ਤੱਕ ਨਹੀਂ ਲਿਆ ਸਰ, PDF 'ਚ ਆਂਸਰ ਵੀ ਅਲੱਗ ਕਰਕੇ ਪਾਇਆ ਕਰੋ, ਤਾਂ ਕਿ PDF ਤੋਂ ਪੜ੍ਹਨ ਟਾਈਮ ਪਤਾ ਲੱਗ ਸਕੇ ਬਾਅਦ 'ਚ ਆਂਸਰ ਦਾ। ਆਂਸਰ ਟਿਕ ਤਾਂ ਘਰੇ ਹੁੰਦੇ ਦਲਵੀਰ, ਮੈਂ ਕੱਲ੍ਹ ਜਿਹੜੀ PDF ਪਾਈ ਸੀ ਮੈਂ, ਠੀਕ ਹੈ ਪਠਾਣੀਆ ਜਾ, ਅੱਗੇ ਕੁਸ਼ਚਨ ਰਹਿ ਜਾਣੇ ਤੇਰੇ, ਬਾਏ ਬਾਏ। ਜਿਹੜੇ ਬੱਚੇ ਨੇ ਨਹੀਂ ਲਿੱਤੇ ਹਾਲੇ ਤੱਕ ਉਹ ਲੈ ਸਕਦੇ ਨੇ। ਸ਼ੁਭਮ, ਸਾਇੰਸ ਦੀ ਸਾਰੀ PDF ਨਹੀਂ ਮੈਂ ਪਾ ਸਕਦਾ ਨਾ, ਕੱਲ੍ਹ ਵਾਲੀ ਇਨਵੈਂਸ਼ਨ ਡਿਸਕਵਰੀ ਵਾਲੇ ਕੁਸ਼ਚਨ ਜ਼ਿਆਦਾ ਸੀ, ਕੱਲ੍ਹ ਮੈਂ ਪਾਤੀ ਸੀ, ਟੈਲੀਗ੍ਰਾਮ ਵਾਲੇ ਚੈਨਲ 'ਤੇ ਹੈਗੀ ਹੈ। ਨੈਕਸਟ, ਵਰਕ ਐਨਰਜੀ ਥਿਓਰਮ ਇਜ਼ ਦਾ ਵਰਕ ਡਨ ਬਾਈ ਡੈਸ਼ ਫੋਰਸ ਐਕਟਿੰਗ ਔਨ ਦਾ ਪਾਰਟੀਕਲ ਇਜ਼ ਇਕੁਅਲ ਟੂ ਚੇਂਜ ਇਨ ਕਾਇਨੈਟਿਕ ਐਨਰਜੀ। ਵਰਕ ਐਨਰਜੀ ਥਿਓਰਮ ਦੇ ਅਕੋਰਡਿੰਗ ਜਿਹੜਾ ਵਰਕ ਡਨ ਹੁੰਦਾ ਕਿਸੇ ਵੀ ਪਾਰਟੀਕਲ ਦੇ ਉੱਪਰ, ਜਿਹੜੀ ਫੋਰਸ ਲਗਾਈ ਜਾਂਦੀ ਹੈ ਉਹ ਕਿਹਦੇ ਬਰਾਬਰ ਹੁੰਦਾ ਨਾ, ਕਾਇਨੈਟਿਕ ਐਨਰਜੀ ਦੇ ਬਰਾਬਰ ਹੁੰਦਾ। ਕੀ ਹੋਣਾ, ਆਲਵੇਜ਼ ਕੰਜ਼ਰਵੇਟਿਵ। ਨਵਦੀਪ, ਪੰਜਾਬ ਅੱਡਾ 24/7। ਟੈਲੀਗ੍ਰਾਮ 'ਤੇ ਸਰਚ ਮਾਰਨਾ, ਉੱਧਰ ਕੋਈ 6.8 ਕੁਛ ਜਾਂ ਕੁਛ ਕੇ ਸਬਸਕ੍ਰਾਈਬਰ ਦਿਖੂੰਗੇ, ਆਹ ਵਾਲਾ ਚੈਨਲ ਹੈਗਾ। ਕੀ ਕੁਸ਼ਚਨ ਸੀ ਪ੍ਰਦੀਪ, ਮੈਂ ਦੇਖਿਆ ਨਹੀਂ, ਇੱਕ ਵਾਰੀ ਫਿਰ ਪਾ ਦੇ ਪ੍ਰਦੀਪ, ਉੱਪਰ ਲੰਘ ਗਿਆ ਹੁਣ ਤਾਂ। ਵੈਰੀ ਗੁੱਡ ਗਾਈਜ਼, ਵੈਰੀ ਗੁੱਡ ਨਵਦੀਪ, ਵੈਰੀ ਗੁੱਡ ਉਦੇ, ਵੈਰੀ ਗੁੱਡ ਅਰਸ਼ ਨੈੱਟ, ਵੈਰੀ ਗੁੱਡ ਬਲਜੀਤ, ਸਿਮਰ, ਨੈੱਟ ਫੋਰਸ। ਗਾਈਜ਼ PDF ਕਿੱਥੋਂ ਮਿਲੂੰਗੀ, ਸਾਇੰਸ ਦੀ PDF। ਬਾਏ ਗਾਈਜ਼, ਥੈਂਕ ਯੂ ਪ੍ਰੀਤੀ। ਵੀ ਇਹ ਕੁਸ਼ਚਨ ਸੀ ਤੇਰਾ, ਵੈਰੀ ਗੁੱਡ, ਵੈਰੀ ਗੁੱਡ ਮਾਰਨਿੰਗ ਹਰੀਸ਼। ਪ੍ਰੀਦੀਪ ਦਾ ਕੁਸ਼ਚਨ ਕੀ ਸੀ, ਮੈਨੂੰ ਉੱਪਰ ਲੱਭ ਗਿਆ ਹੁਣ, ਮੈਂ ਉਹਨੂੰ ਕਹਿ ਰਿਹਾ, ਚਲੋ ਕੋਈ ਨਹੀਂ। ਡਾਇਮੈਂਸ਼ਨਲ ਫਾਰਮੂਲਾ ਵਰਕ, ਆਊਚ ਆਊਚ ਡਿਜ਼ੀਜ਼ ਬਾਰੇ ਪੁੱਛਿਆ ਸੀ, ਕੀ ਪੁੱਛਿਆ ਸੀ, ਕੀ ਕੁਸ਼ਚਨ ਸੀ ਆਊਚ ਆਊਚ ਦਾ।
ਪ੍ਰਦੀਪ ਪੁੱਛਾ ਆਓ ਚਾਓ ਡੀਜ਼ੀ ਦਾ ਕਿਹੜਾ ਕੁਐਸਚਨ ਪੁੱਛ ਰਿਹਾ ਸੀ ਤੂੰ ਕਾਇਨੈਟਿਕ ਮੀਨਿੰਗ ਦੀ ਕੈਡਮੀਅਮ ਪੋਇਜ਼ਨਿੰਗ ਤੇ ਹੁੰਦੀ ਹੈ ਆਓ ਚਾਓ ਚ ਔਰ ਕਿਆ ਕੁਐਸਚਨ ਹੁੰਦਾ ਡੀਜ਼ੀਜ਼ ਹੁੰਦੀ ਹੈ ਅੱਛਾ ਏ ਡੀ ਡੀ ਵੇਰੀ ਕਰ ਰਹੇ ਨੇ ਆਂਸਰ ਪ੍ਰੈਸ਼ਰ ਦ ਮੈਟਲ ਵਿਚ ਇਜ਼ ਜਨਰਲੀ ਅਬਜ਼ਰਵਡ ਬਾਈ ਪਲਾਂਟ ਅਲੋਂਗ ਵਿਦ ਜ਼ਿੰਕ ਐਂਡ ਕੈਡਮੀਅਮ ਪਤਾ ਨਹੀਂ ਕਿਆ ਕੈਡਮੀਅਮ ਪੋਇਜ਼ਨਿੰਗ ਹੁੰਦਾ ਹੈ ਕੀ ਹੁੰਦਾ ਹੈ ਫੋਰਸ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੁੰਦਾ ਹੈ फोर्स इनटू डिस्टेंस बिल्कुल सही उदय फोर्स है याद है ना एम एल टी माइनस टू नाल डिस्टेंस ना मल्टीप्लाई कर दो की आऊंगा फॉर्मूला एल दी वैल्यू दो हो जूंगी टी रेशियो माइनस टू डी की भी होना अर्श फोर की में हो सकता इधर मतलब ये किड़ा है एम ए है ये है ये फोर उधर क्या कहते हैं वर्क का थोड़ा हो सकता एक सर एक बार स्टडी भी सारे करवा दियो ठीक है शुभम करा दूंगा मैं एक दिन ना डैश इज अ डिफाइंड एज अ रेट ऑफ डूइंग वर्क वेरी गुड शुभम ਕਿਹੜਾ ਹੁੰਦਾ ਰੇਟ ਆਫ ਡੂਇੰਗ ਵਰਕ ਕੀ ਕਹਿੰਦੇ ਉਹਨੂੰ ਆਪਾਂ ਰਿਪੀਟ ਕਰ ਦਿਓ ਸਿਮਰ ਆ ਵਾਲਾ ਵਰਕ ਕਿਆ ਹੁੰਦਾ ਅਸੀਂ ਵਰਕ ਹੁਣੀ ਪੜਿਆ ਸੀ ਨਾ ਫੋਰਸ ਤੇ ਡਿਸਟੈਂਸ ਦਾ ਡੋਟ ਪ੍ਰੋਡਕਟ ਹੁੰਦਾ ਫੋਰਸ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਸੀ मल्टीप्लाई बाय एल एल दी पावर दो होगी टी दी पावर माइनस टू होगी वर्क द डायमेंशनल फॉर्मूला आ गया सत श्री अकाल आशा पावर एनर्जी एनर्जी क्या होती है तुसी कंफ्यूज हो बैठे हो रेट ऑफ डूइंग वर्क पावर होगी कैपेसिटी ऑफ डूइंग वर्क वो एनर्जी होनी है एनर्जी क्या होता है कैपेसिटी ऑफ डूइंग वर्क विच ऑफ द फॉलोइंग कैन डू मोर वर्क वेरी गुड बलजीत वेरी गुड ज्योति ਇਹਨਾਂ ਵਿੱਚੋਂ ਸਭ ਤੋਂ ਵੱਧ ਕੰਮ ਕੌਣ ਕਰੂਗਾ ਰੋਟੇਟਿੰਗ ਵੀਲ ਘੁੰਮਦਾ ਹੋਇਆ ਚੱਕਾ ਅ ਮੂਵਿੰਗ ਬੁਲੇਟ ਅ ਸਪੀਡਿੰਗ ਸਟੋਨ ਅ ਰੇਜ਼ਡ ਹੈਮਰ ਸਤਿ ਸ਼੍ਰੀ ਅਕਾਲ ਨੂ ਸਤਿ ਸ਼੍ਰੀ ਅਕਾਲ सिंपल आप मूविंग बुलेट क्यों अपना वर्क डन क्या होना न्यूटन लॉ क्या कहता है कहता फोर्स एक्सर्टेड बाय द ऑब्जेक्ट इज इक्वल टू द प्रोडक्ट ऑफ देयर मासेस एंड एक्सेलरेशन बुलेट क्या मूव कर रही है
ਗੁਰਚਰਨ ਬੀ ਹੈਗਾ ਆ ਰੋਟੇਟਿੰਗ ਵੀਲ ਇਹ ਤਾਂ ਇੱਕ ਜਗ੍ਹਾ ਘੁੰਮ ਰਿਹਾ ਬੁਲਟ ਉਹਦੀ ਜ਼ਿਆਦਾ ਸਪੀਡ 'ਚ ਜਾ ਰਹੀ ਹੈ ਨਾ ਫਿਰ ਜਿਹੜੀ ਕਾਇਨੈਟਿਕ ਐਨਰਜੀ ਹੋਊਗੀ ਉਹ ਕਿਆ ਹੋਊਗੀ ਕਾਇਨੈਟਿਕ ਐਨਰਜੀ ਕਿਆ ਹੁੰਦੀ ਬੇਸਿਕ ਐਨਰਜੀ ਪੋਜੈਸਡ ਬਾਏ ਦਾ ਓਬਜੈਕਟ ਡਿਊ ਟੂ ਇਟਸ ਮੋਸ਼ਨ ਠੀਕ ਹੈ ਇਹਦੀ ਕਾਇਨੈਟਿਕ ਐਨਰਜੀ ਜ਼ਿਆਦਾ ਹੋਊਗੀ ਕਾਇਨੈਟਿਕ ਐਨਰਜੀ ਜ਼ਿਆਦਾ ਹੋਈ ਉਹ ਕਿਆ ਹੁੰਦੀ ਸਪੀਡ ਦੇ ਨਾਲ ਵੱਧਦੀ ਹੈ ਜੇ ਕਾਇਨੈਟਿਕ ਐਨਰਜੀ ਜ਼ਿਆਦਾ ਹੈ ਤਾਂ ਬਾਕੀ ਸਾਰੇ ਤੋਂ ਨਾਲ ਜ਼ਿਆਦਾ ਵਰਕ ਡਨ ਹੋਊਗਾ ਹੀ ਬੁਲਟ 350 ਨਹੀਂ ਗੋਲੀ ਪਿਸਟਲ ਜਾਂ ਰਿਵੋਲਵਰ 'ਚ ਨਿਕਲੀ ਹੋਈ ਵਟ ਇਜ਼ ਵਨ ਹੌਸ ਪਾਵਰ ਇੱਕ ਹੌਸ ਪਾਵਰ ਕਿਆ ਹੁੰਦਾ ਹੈ ਇੱਕ ਹੌਸ ਪਾਵਰ ਦੀ ਵੈਲਿਊ ਕਿਆ 746 ਵੋਲਟ 74.6 ਵੋਲਟ ਵਾਟ 7.46 ਵਾਟ ਜਾਂ 0.76 ਜ਼ੀਰੋ 7.6 ਵਾਟ ਵੈਰੀ ਗੁੱਡ ਜੋਤੀ ਵੈਰੀ ਗੁੱਡ ਤਾਨਿਆ ਸ਼ੁਭਮ ਸਿਮਰ 746 ਵਾਟ ਇੱਕ ਹੌਸ ਪਾਵਰ ਨੈਕਸਟ ਇਫ ਅ ਬਲਬ ਯੂਜ 100 ਜੂਲ ਕੋਈ ਬਲਬ ਹੈ ਜਿਹੜਾ ਐਨਰਜੀ ਯੂਜ਼ ਕਰਿਆ 100 ਜੂਲ ਐਂਡ ਰਿਮੇਨ ਔਨ ਫੋਰ 20 ਸੈਕਿੰਡ ਫਾਈਂਡ ਦਾ ਪਾਵਰ ਕੰਜ਼ਿਊਮ ਬਾਏ ਦਾ ਬਲਬ ਕਿਆ ਐਨਰਜੀ ਗਿਵਨ ਹੈ ਸਾਨੂੰ ਟਾਈਮ ਗਿਵਨ ਹੈ ਪਾਵਰ ਕਿਆ ਹੁੰਦਾ ਐਨਰਜੀ ਅਪੋਨ ਟਾਈਮ ਪਾਵਰ ਕੰਜ਼ਿਊਮ ਕਿੰਨੀ ਹੋ ਜਾਊਗੀ ਫਿਰ ਵੈਰੀ ਗੁੱਡ ਅਰਸ਼ ਸਿਮਰ ਸ਼ੁਭਮ ਆਹ ਫੋਰਮਲ ਲਿਖਤਾ ਦਿੱਤਾ ਐਨਰਜੀ ਅਪੋਨ ਟਾਈਮ ਐਨਰਜੀ 100 ਜੂਲ ਹੈ ਟਾਈਮ ਕਿੰਨਾ ਹੈ 20 ਸੈਕਿੰਡ ਹੈਗਾ ਖੁਸ਼ਵੰਤ 0.2 ਨਹੀਂ ਹੋਊਗਾ ਵੈਰੀ ਗੁੱਡ ਜੋਤੀ ਵੈਰੀ ਗੁੱਡ ਨਵਦੀਪ ਦੀ ਪਾਵਰ ਆਫ ਲੈਂਸ ਆਫ ਫੋਕਲ ਲੈਂਥ 1 ਸੈਂਟੀਮੀਟਰ ਇਜ਼ ਪਾਵਰ ਦਾ ਫਾਰਮੂਲਾ ਕਿਆ ਹੁੰਦਾ ਪਾਵਰ ਆਫ ਅ ਲੈਂਸ 1 ਡਿਵਾਈਡਡ ਬਾਏ ਮੈਂ ਇੱਕ ਵਾਰਡ ਵੀ ਕੀਤਾ ਸੀ ਨਾ ਕਿਸੇ ਵਨ ਡਿਵਾਈਡਡ ਬਾਏ ਫੋਕਲ ਲੈਂਥ ਕਿੰਨਾ ਇੱਕ ਸੈਂਟੀਮੀਟਰ ਹੈਗਾ ਡਾਇਓਪਟਰ 'ਚ ਜਿਹੜੇ ਸਟੈਂਡਰਡ ਯੂਨਿਟ ਲੈ ਕੇ ਚੱਲਦੇ ਆ ਉਹ ਮੀਟਰ 'ਚ ਲੈ ਕੇ ਚੱਲਦੇ ਆ ਆਪਾਂ ਵੈਰੀ ਗੁੱਡ ਉਦੇ ਇੱਕ ਸੈਂਟੀਮੀਟਰ ਮੀਟਰ 'ਚ ਕਨਵਰਟ ਕਰੋ ਕਿੰਨਾ ਹੋ ਗਿਆ ਡੀ ਫੋਰ ਡਾਇਓਪਟਰ ਨੈਕਸਟ ਕੁਸ਼ਚਨ ਦਾ ਗੈਸ ਦੈਟ ਫਿਲਡ ਇਨ ਇਲੈਕਟ੍ਰਿਕ ਬਲਬ ਇਜ਼ ਨਾਈਟ੍ਰੋਜਨ ਹਾਈਡਰੋਜਨ ਕਾਰਬਨ ਡਾਈਆਕਸਾਈਡ ਜਾਂ ਫਿਰ ਆਕਸੀਜਨ ਅੱਗੇ ਵੀ ਚਲੋ ਹੁਣ ਹਾਈਡਰੋਜਨ ਵੈਰੀ ਗੁੱਡ ਸਿਮਰ ਵੈਰੀ ਗੁੱਡ ਚਰਨ ਵੈਰੀ ਗੁੱਡ ਸ਼ੁਭਮ ਵੈਰੀ ਗੁੱਡ ਹਿਮਾਂਸ਼ੂ ਨਾਈਟ੍ਰੋਜਨ ਵੈਰੀ ਗੁੱਡ ਨਾਈਟ੍ਰੋਜਨ ਅਤੇ ਆਰਗਨ ਦੋਨੋਂ ਯੂਜ਼ ਹੁੰਦੀ ਹੈ ਦ ਕੈਮੀਕਲ ਬਿਹੇਵੀਅਰ ਆਫ ਐਨ ਐਲੀਮੈਂਟ ਇਜ਼ ਡਿਟਰਮਾਈਂਡ ਬਾਏ
एक एलीमेंट का कैमिकल बिहेवियर है वो कितों डिटरमाइन होना है, वैलेंसी ऑफ एन एलीमेंट, मोलर मास ऑफ एन एलीमेंट, मोलर वॉल्यूम ऑफ एन एलीमेंट या फिर साइज ऑफ एन एलीमेंट। वैलेंसी क्या होती भाई, उस पर कितनी कैपेसिटी हैगी, वो कितने इलेक्ट्रॉन शेयर कर सकता है या गेन कर सकता, तो केमिकल बिहेवियर की पर डिपेंड करूंगा। वेरी गुड हिमांशु, वेरी गुड उदय, वेरी गुड गुरजिंदर। ज्योति, वैलेंसी क्या होंगी, कोई भी आइटम के जो आउटरमोस्ट शैल च इलेक्ट्रॉन्स होंगे है उन्होंने नंबर ऑफ वैकेंट प्लेसिस कि है या फिर नंबर ऑफ इलेक्ट्रॉन किन्ने शेयर कर सकता दूजे आइटम नाल, उन्होंने आप वैलेंसी कहने। वेरी गुड अर्श, वेरी गुड आशा, वेरी गुड प्रियंका। ये उपर ही डिपेंड करूँगा कि वह बॉन्ड बना या नहीं बना या वह कैमिकल प्रॉपर्टी कैमिकल बिहेवियर किमें होगा। नैक्सट इन अ ग्रुप द नंबर ऑफ कनेक्टिव इलेक्ट्रॉन इज, एक ग्रुप विच हरीश वैलेंसी मतलब आउटरमोस्ट शैल च जिन्ने इलेक्ट्रॉन है गए हैं। वैलेंसी बेसिकली अगर मैं बोला डिफाइन करा तो क्या हो गया, द कैपेसिटी ऑफ एन एटम और अ मॉलिक्यूल टू कंबाइन विद अदर एटम, उन्हें वैलेंसी कहते हैं। वेरी गुड शुभम, के एल एम एन शैल होंगे। अच्छा सो एक ग्रुप विच जेड़े कनेक्टिव इलेक्ट्रॉन्स होंगे है इनक्रीज होंगे है सेम रहने हैं। वेरी गुड उदय, वेरी गुड हिमांशु, वेरी गुड गुरजिंदर, वेरी गुड शुभम, वेरी गुड हरीश, वेरी गुड गुरजिंदर, वेरी गुड रुखसार, सेम रहते एक ग्रुप विच कनेक्टिव इलेक्ट्रॉन्स। नैक्सट द एलीमेंट विद हाईएस्ट वैल्यू ऑफ फस्ट आयोनाइजेशन पोटेंशियल, इन्हों विचों केड़ा हैगा, आयोनाइजेशन पोटेंशियल दस्या था ना, किसी भी एटम की कैपैसिटी भाई किन्ने उसमें क्या कहते एनर्जी होनी है रिक्वायर्ड होनी है, एनर्जी रिक्वायर्ड टू टेक आउट द आउटर इलेक्ट्रॉन फ्रॉम आउटरमोस्ट शेल। उन्होंने आयोनाइजेशन पोटेंशियल कहते हैं। सिंपल सिंपल है, जिदा सब तो छोटा साइज होगा उदी आयोनाइजेशन पोटेंशियल उतो सब तो ज्यादा होगी। स्मॉलर द साइज ऑफ एटम हायर इज द आयोनाइजेशन पोटेंशियल। क्योंकि एटम छोटा होगा तो एनर्जी भी घट यूज होगी, वध यूज होगी क्योंकि जेड़े अट्रैक्टिव फोर्स हैगी बोरन। वेरी गुड उदय, वेरी गुड हिमांशु, एटम जिन्ना छोटा हैगा उन्नी वध एनर्जी लगूंगी उन्होंने इलेक्ट्रॉन बाहर कढ़ने लई आउटरमोस्ट शैल तो। नेक्स्ट हंट्स रूल डील विद द डिस्ट्रीब्यूशन ऑफ इलेक्ट्रॉन्स इन नाइट्रोजन। ज्योति हंट्स रूल कितना डील करता है,
100 रूल्स दी डेफिनेशन क्या है, स्टेटमेंट क्या है? कहते एवरी ऑर्बिटल इन अ सब लेवल इज सिंगली ऑक्यूपाइड बिफोर एनी ऑर्बिटल इज डबल ऑक्यूपाइड. वेरी गुड हिमांशु, वेरी गुड गुचरण. कहते कोई भी ऑर्बिटल डबल ऑक्यूपाइड होने से पहला सब नो एक एक बार इलेक्ट्रॉन देना है. हंस रूल कहने डीजनरेट ऑर्बिटल्स. विच ऑफ द फॉलोइंग इज अ डायमैग्नेटिक? वेरी गुड नूर. डायमैग्नेटिक मतलब स्लाइटली रिपेल्ड बाय मैग्नेटिक फील्ड. O2 पॉजिटिव, O2 नेगेटिव, O2 नेगेटिव. O2 क्या होना है? पैरामैग्नेटिक नेचर. क्यों पैरामैग्नेटिक क्यों होना है? ਇਹਦੇ ਵਿੱਚ ਦੋ ਅਨਪੇਡ ਇਲੈਕਟ੍ਰੋਨ ਹੁੰਦੇ ਆ ਆਊਟਰਮੋਸਟ ਸ਼ੈਲ 'ਚ. O2 ਉਹ ਤਾਂ ਪੱਕਾ ਹੈ ਜੀ, ਉਹ ਤਾਂ ਹੋਣਾ ਹੀ ਹੈ ਨਾ. ये पैरा मैग्नेटिक है. O2 तो है ही है. वेरी गुड उदय. इधर बिच कोई भी अनपेड इलेक्ट्रॉन हैगा नहीं, इसका क्या डायमैग्नेटिक है? वेरी गुड उदय. नेक्स्ट. वेरी गुड हरीश. विच वन ऑफ द फॉलोइंग एलिमेंट इज कंसीडर्ड एज अ माइक्रो न्यूट्रिएंट्स इन प्लांट्स? इन्हां विचों केड़ा माइक्रो न्यूट्रिएंट्स होंदा प्लांट लई? पोटेशियम, मैगनीशियम, कैल्शियम या जिंक? फॉस्फोरस, मैग्नीशियम, कैल्शियम, जिंक. प्लांट ले माइक्रोन्यूट्रिएंट. गुरजिंदर प्लांट ने कैल्शियम लेके की करना? वेरी गुड हिमांशु, वेरी गुड उदय, वेरी गुड सिमर, वेरी गुड अर्श, वेरी गुड शुभम, वेरी गुड आशा, हरीश, नूर. जिंक, बोरोन, कैडमियम. व्हाट इज द वैलेंसी ऑफ क्लोरीन? दसो. क्लोरीन की वैलेंसी कितनी होगी? एटम की नंबर क्या है? एटॉमिक नंबर 17. वेरी गुड. किमें 1s2, 2s2, 2p6, 3s2, 3p5. सर एक इलेक्ट्रॉन. वेरी गुड गाइस.
विच ऑफ द फॉलोइंग एलीमेंट कम्स अंडर मेटलॉइड्स, मेटलॉइड्स इन्हें विच कौड़ा है मेटलॉइड मतलब बोथ प्रॉपर्टी ऑफ मेटल एंड नॉन मेटल कोई नहीं शुभ एक बार नज़र मार ली वापस रिकॉल होना सिंपल हैगा वो अपना प्रिंसिपल बस फॉलो करना हंड था भाई एक बारी सारे में इलेक्ट्रॉन पाने हैं एंड में जेड़े बच गए मेटल एंड मतलब हैविंग प्रॉपर्टीज ऑफ बोथ मेटल एंड नॉन मेटल्स वेरी गुड गाइस हिमांशु वेरी गुड शुभम वेरी गुड रुखसार वेरी गुड उदय सिमर गुरजिंदर नूर बलजीत सिल्वर नहीं होना सत श्री अकाल सुरेंद्र वेरी गुड ज्योति नेक्स्ट द मैक्सिमम नंबर ऑफ इलेक्ट्रॉन दैट कैन बी अकोमोडेटेड इन अ शेल इज इंडिकेटेड बाय द फॉर्मूला हूँ मैं पिछले क्वेश्चन में लिखा से ना की फॉर्मूला होगा फॉर्मूला दसो फॉर्मूला पिछले क्वेश्चन में मेंशन करके हटा मैं हला एक बच्चे ने भी लिखे सी 287 वेरी गुड सुरेंद्र वेरी गुड गुरजिंदर वेरी गुड सार 2n स्क्वायर नंबर ऑफ इलेक्ट्रॉन इन वन शेल n जेड़ा हैगा शेल नंबर होंदा है 2n स्क्वायर च जेड़ा n हैगा शेल नंबर दो बच्चों आज की क्लास खत्म की है कहा कि शुभम ने कहा ना शुभम केड़ा क्वेश्चन से तेरा ये कहना कोई क्लास करा दो केड़ी क्लास कह रहे सी शुभम फॉर्मूला है स्टैंडर्ड फॉर्मूला है उस कुछ नहीं है याद करने की लोड 2n स्क्वायर जो नंबर ऑफ इलेक्ट्रॉन से इन शैल होंगे वो आप कैलकुलेट करते 2n स्क्वायर तो अठ किवें आया ना दूजा शैल है दो का स्क्वायर चार चार दूनी अठ मैक्सीम अठ इलेक्ट्रॉन हो सकते हैं कि क्लास की थी? अच्छा स्टडीज़ वाली क्लास करते आप कल या परसों कर लूँगा मैं जिन्ना भी टाइम हाँ याद आ गया कल या परसों तो मोस्ट प्रॉब्ली परसों अगर कल टाइम ना लगे ना फिर बढ़िया अपने क्लास कर लूँगे स्टडी वाली भी कर लूँगे और कुछ तैयार करना हो जनरल स्टडी तो करा रहे वेलकम जी वेलकम सारे नो नहीं हिडन कुछ नहीं होती गुरजिंदर मेरी एक भी वीडियो हिडन नहीं हैगी हाँ शुभम करा दूंगा एक बार बोलते टाइम हूँ मैं आपको करा देनी टेंशन फ्री हो जा चंगा सत श्री अकाल फिर आप मिलते हैं किन्ने बजे 3 बजे मैथ की क्लास जिन्हें जिन्हें अलजबरा पढ़ना हो आ जाओ अलजबरा सेम है जो पेपर च आऊँगा तो उधरों क्वेश्चन आ जाने थोनों शुभम वाइटामिन ऑल कंबाइन कर लूँगे क्योंकि स्टडी वाले भी इन्ने ज़्यादा क्वेश्चन नहीं होंगे वाइटामिन वाले भी इन्ने ज़्यादा क्वेश्चन है नहीं है तो ही है करो कंबाइन कर दूंगा फिर अपने के मैक्सिमम 30-40 क्वेश्चन अगर बन गए वधिया तो क्लास च पढ़ाने का भी मज़ा आता ठीक है सत श्री अकाल 3 बजे मिलते हैं बायो की क्लास लगा लो जी हरीश आप ज़्यादा टेंशन लेनी जनरल साइंस आती पेपर च
डीप च जाके आपां की करना हुण, मास्टर थोड़ी ना करनी है या डॉक्टर ही बनना है। वाइटमिन ते डिजीज दी ठीक है करा देंगे। बाकी क्लास खत्म होने के बाद कमेंट सैक्शन से लिख दिया करो, अगर थोड़ा कुछ याद आवे ना भी हाँ सर आप भी पढ़ना है, मैं पढ़ता थोड़े सारे कमेंट पढ़ता है, उधर मेंशन कर दिया करो।